ਹੈਲੋ, ਗੁੱਡ ਮਾਰਨਿੰਗ ਗਾਇਸ। ਅੱਜ ਸਵੇਰ ਦੇ ਵੱਜ ਚੁੱਕੇ 12, ਚਾਹ ਚੂਹ ਪੀ ਕੇ ਨਾਸ਼ਤਾ ਕਰਕੇ ਅਤੇ ਹੁਣ 12 ਵਜੇ ਫਿਰ ਭੁੱਖ ਲੱਗੀ। ਮੈਨੂੰ ਥੋੜ੍ਹੀ ਜਿਹੀ ਕਰੇਵਿੰਗ ਹੋ ਰਹੀ ਸੀ, ਇਸ ਕਰਕੇ ਮੈਂ ਬਣਾਉਣ ਲੱਗੀ ਹਾਂ ਮਨਚੂਰੀਅਨ। ਚਲੋ ਬਣਾਉਂਦੇ ਹਾਂ ਮਨਚੂਰੀਅਨ। ਇਹ ਮਨਚੂਰੀਅਨ ਬਾਲ, ਪਿਆਜ, ਇੱਕ ਹਰੀ ਮਿਰਚ, ਥੋੜ੍ਹਾ ਜਿਹਾ ਧਨੀਆ, ਇਹਦੇ ਨਾਲ ਮੈਂ ਬਣਾਉਣੀ ਹੈ ਮਨਚੂਰੀਅਨ। ਦੇਖੋ ਕਿਵੇਂ ਆਹ ਨਾ, ਮੇਰੇ ਕੋਲ ਘਰ ਮੋਮੋਜ਼ ਵਾਲੀ ਚਟਨੀ ਪਈ ਹੋਈ ਸੀ ਅਤੇ ਚਿੱਲੀ ਫਲੇਕਸ ਅਤੇ ਆਹ ਟਮੈਟੋ ਸੌਸ, ਦੇਸੀ ਜੁਗਾੜ, ਦੇਸੀ ਮਨਚੂਰੀਅਨ, ਸਾਰਾ ਕੁਛ ਪਾ ਕੇ ਬਣਾਵਾਂਗੇ। ਦੇਖੋ ਤੁਸੀਂ ਐਂਡ 'ਤੇ ਗ੍ਰੇਵੀ ਦੇਖੋ ਆਪਣੀ, ਇੰਨੀ ਘੈਂਟ ਬਣੀ ਹੈ ਦੇਸੀ ਜਗਾੜ ਲਾ ਕੇ। ਉਹਦੇ ਵਿੱਚ ਮਨਚੂਰੀਅਨ ਬਹੁਤ ਜਾਣੇ ਆ। ਇਹਨਾਂ ਵੀ ਬਣ ਜਾਂਦੇ ਵਧੀਆ ਘੈਂਟ। ਨਾਲ ਥੋੜ੍ਹਾ ਜਿਹਾ ਧਨੀਆ, ਕਮੈਂਟ 'ਤੇ ਦੱਸੋ ਦੋਸਤ ਕਿੱਦਾਂ ਬਣਿਆ ਮਿਲਦੇ। ਮੈਨੂੰ ਤਾਂ ਬੜਾ ਘੈਂਟ ਲੱਗ ਰਿਹਾ, ਤੁਸੀਂ ਵੀ ਦੱਸੋ। ਆਹਾ, ਕਿੰਨਾ ਘੈਂਟ ਬਣਿਆ ਮਨਚੂਰੀਅਨ। ਮੇਰੀ ਪ੍ਰੈਜੈਂਟੇਸ਼ਨ ਦੇਖੋ, ਪ੍ਰੈਜੈਂਟੇਸ਼ਨ ਨੂੰ ਕਿੰਨੇ ਨੰਬਰ ਮਿਲਣਗੇ, 10 'ਚੋਂ। ਹਾਂ, ਹੁਣ ਇਹਨੂੰ ਵਾਰੀ ਹੈ ਟੇਸਟਿੰਗ ਦੀ। ਯੰਮੀ, ਬਹੁਤ ਟੇਸਟੀ ਬਣਿਆ। ਚਲੋ ਹੁਣ ਆਪਾਂ ਇਹਨੂੰ ਇੱਥੇ ਐਂਡ ਕਰਦੇ ਹਾਂ ਵਲੋਗ ਨੂੰ, ਅਤੇ ਮੈਨੂੰ ਬੜੀ ਲੱਗੀ ਹੈ ਭੁੱਖ, ਮੈਂ ਕਰਨ ਲੱਗੀ ਇਹਨੂੰ ਖਾਲੀ। ਬਾਏ ਫਰੈਂਡਸ, ਮਿਲਦੇ ਹਾਂ ਕੱਲ੍ਹ ਨੂੰ ਨਵੇਂ ਵਲੋਗ 'ਚ।